ਸਰ ਪਰਿਵਾਰਕ ਝਗੜਾ ਸਾਡਾ ਦੋਵਾਂ ਜੀ ਦੇ ਚੱਲਦਾ ਪਿਛਲੇ 3 ਸਾਲ ਤੋਂ ਜੀ ਹੁਣ ਚੱਕਰ ਇਹ ਆ ਵੀ ਮੇਰੇ ਬੱਚੇ ਦੋਵੇਂ ਆਪਣੇ ਨਾਨਕੇ ਮਿਲਣ ਵਾਸਤੇ ਗਏ ਸੀ ਅਤੇ ਮੇਰੇ ਬੱਚਿਆਂ ਦੇ ਮਾਮੇ ਨੇ ਮੇਰੇ ਦੋਵਾਂ ਬੱਚਿਆਂ ਦੀ ਮਾਰ ਕਟਾਈ ਕਰਕੇ ਨਾਲ 3 ਅਣਪਛਾਤੇ ਬੰਦੇ ਲੈ ਕੇ ਅਤੇ ਮੇਰੇ ਘਰ ਛੱਡਣ ਆਇਆ ਇੱਥੇ ਜਦੋਂ ਆਇਆ ਹੋਇਆ ਇਹਦੇ ਆਉਂਦੇ ਮੇਰੀ ਮਾਰ ਕਟਾਈ ਕੀਤੀ ਆ ਰਣਜੀਤ ਸਿੰਘ ਨੂੰ ਮੈਂ ਮੌਕੇ 'ਤੇ ਫੜ ਲਿਆ ਵਾ ਅਤੇ ਬਾਕੀ ਜਿਹੜੇ 3 ਅਣਪਛਾਤੇ ਬੰਦੇ ਆ ਉਹ ਭੱਜ ਗਏ ਆ ਭੱਜਣ 'ਚ ਕਾਮਯਾਬ ਹੋ ਗਏ ਆ ਰਾਤ 11 ਵਜੇ ਵਾਅਦੇ ਦੇ ਬੰਦੇ ਛੱਡ ਦਿੱਤੇ ਆ ਮੈਂ ਤਾਂ ਪੁਲਿਸ ਦੀ ਇੱਡੀ ਕਾਰਗੁਜ਼ਾਰੀ ਮਾੜੀ ਸਮਝਦਾ ਸਾਨੂੰ ਪ੍ਰਸ਼ਾਸਨ ਦੇ ਭੋਰਾ ਵੀ ਭਰੋਸਾ ਨਹੀਂ ਹੈਗਾ ਵੀ ਸਾਡੀ ਜਾਨ ਮਾਲ ਦੀ ਰੱਖਿਆ ਕਰੂਗਾ ਪ੍ਰਸ਼ਾਸਨ ਘਰੇਲੂ ਝਗੜਿਆਂ ਦੀ ਗੱਲ ਕਰੀਏ ਤਾਂ ਘਰੇਲੂ ਝਗੜਿਆਂ ਨੇ ਪਰਿਵਾਰਾਂ ਦੇ ਪਰਿਵਾਰ ਤੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਨੇ ਅਜਿਹਾ ਮਾਮਲਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ 62 ਤੋਂ ਆਇਆ ਹੈ ਜਿੱਥੇ ਕਿ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਮੇਰੀ ਸ਼ਾਦੀ ਤਕਰੀਬਨ 12 ਸਾਲ ਪਹਿਲਾਂ ਸੁਖਬੀਰ ਕੌਰ ਪੁੱਤਰੀ ਭੁਪਿੰਦਰ ਸਿੰਘ ਨਾਲ ਪੂਰੇ ਰਸਮੋ ਰਿਵਾਜ਼ਾਂ ਨਾਲ ਹੋਈ ਸੀ ਮੇਰੇ ਦੋਵੇਂ ਬੱਚੇ ਆਪਣੀ ਮਾਤਾ ਸੁਖਬੀਰ ਕੌਰ ਨੂੰ ਮਿਲਣਾ ਚਾਹੁੰਦੇ ਸਨ ਜਿਸ ਲਈ ਮੈਂ 21-10-2020 ਨੂੰ ਉਹਨਾਂ ਦੇ ਪਿੰਡ ਭੇਵਾਲ ਛੱਡ ਕੇ ਆਇਆ ਸੀ ਉਕਤ ਦੋਸ਼ੀ ਵੱਲੋਂ ਮੇਰੇ ਬੱਚਿਆਂ ਨਾਲ ਕੁੱਟਮਾਰ ਕੀਤੀ ਗਈ ਜਦੋਂ ਮੇਰੀ ਸੱਸ ਨੇ ਉਸ ਨੂੰ ਰੋਕਣਾ ਚਾਹਿਆ ਤੇ ਉਸ ਦੇ ਨਾਲ ਵੀ ਕੁੱਟਮਾਰ ਕੀਤੀ ਗਈ 24-10-2020 ਦੀ ਸ਼ਾਮ ਨੂੰ 5 ਵਜੇ ਦੋਸ਼ੀ ਮੇਰੇ ਬੱਚਿਆਂ ਨੂੰ ਮੋਟਰਸਾਈਕਲ ਤੇ ਬਿਠਾ ਕੇ ਆਪਣੇ ਸਾਥੀਆਂ ਦੇ ਨਾਲ ਜ਼ਬਰਦਸਤੀ ਮੇਰੇ ਬੱਚਿਆਂ ਨੂੰ ਮੇਰੇ ਘਰ ਛੱਡਿਆ ਉਸ ਸਮੇਂ ਮੈਂ ਆਪਣੇ ਘਰ ਦੇ ਨਜ਼ਦੀਕ ਖੇਤਾਂ ਵਿੱਚ ਸਾਂ ਉਕਤ ਦੋਸ਼ੀਆਂ ਵੱਲੋਂ ਮੇਰੇ ਘਰ ਵਿੱਚ ਦਾਖਲ ਹੋ ਕੇ ਮੇਰੀ ਮਾਤਾ ਗਿਆਨ ਕੌਰ ਉਮਰ 65 ਸਾਲ ਦੇ ਨਾਲ ਲੜਾਈ ਝਗੜਾ ਕੁੱਟਮਾਰ ਕੀਤੀ ਉਹਨਾਂ ਨੇ ਆਪਣੇ ਵਿਚਾਲੇ ਰੌਲਾ ਪਾਇਆ ਮੈਂ ਤੇ ਨਜ਼ਦੀਕ ਰਹਿੰਦੇ ਲੋਕਾਂ ਨੇ ਜਦੋਂ ਉਸਦੀ ਆਵਾਜ਼ ਸੁਣੀ ਤੇ ਸਾਰੇ ਇਕੱਠੇ ਹੋ ਗਏ ਮੌਕੇ ਤੋਂ ਇੱਕ ਸ਼ਖਸ ਨੂੰ ਮੈਂ ਪਕੜ ਲਿਆ ਬਾਕੀ ਫਰਾਰ ਹੋ ਚੁੱਕੇ ਨੇ ਔਰ ਪਕੜੇ ਹੋਏ ਸ਼ਖਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਇਸ ਮਾਮਲੇ ਦੇ ਵਿੱਚ ਜਦੋਂ ਥਾਣਾ ਸਦਰ ਦੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋਹਾਂ ਦੇ ਅਸੀਂ ਬਿਆਨ ਦਰਜ ਕਰ ਲਏ ਨੇ ਔਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧ 'ਚ ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ ਮਨਦੀਪ ਸਿੰਘ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਜੀ ਮੇਰਾ ਪਿੰਡ ਬਾੜਖੁਰਦ ਤਹਿਸੀਲ ਜ਼ਿਲ੍ਹਾ ਤਰਨ ਤਾਰਨ ਆਪਣੇ ਨਾਨਕੇ ਮਿਲਣ ਵਾਸਤੇ ਗਏ ਸੀ ਤੇ ਮੇਰੇ ਬੱਚਿਆਂ ਦੇ ਮਾਮੇ ਨੇ ਮੇਰੇ ਦੋਵਾਂ ਬੱਚਿਆਂ ਦੀ ਮਾਰ ਕਟਾਈ ਕਰਕੇ ਨਾਲ 3 ਅਣਪਛਾਤੇ ਬੰਦੇ ਲੈ ਕੇ ਤੇ ਮੇਰੇ ਘਰ ਛੱਡਣ ਆਇਆ ਇੱਥੇ ਜਦੋਂ ਆਇਆ ਇਹਨੇ ਆਉਂਦੇ ਮੇਰੀ ਮਾਰ ਕਟਾਈ ਕੀਤੀ ਆ ਮੌਕੇ ਦੇ ਰਣਜੀਤ ਸਿੰਘ ਨੂੰ ਮੈਂ ਮੌਕੇ 'ਤੇ ਫੜ ਲਿਆ ਵਾ ਅਤੇ ਬਾਕੀ ਜਿਹੜੇ 3 ਅਣਪਛਾਤੇ ਬੰਦੇ ਆ ਉਹ ਭੱਜ ਗਏ ਆ ਭੱਜਣ 'ਚ ਕਾਮਯਾਬ ਹੋ ਗਏ ਆ ਮੈਂ ਮੌਕੇ 'ਤੇ ਪੁਲਿਸ ਨੂੰ ਫੋਨ ਕਰਕੇ ਬੰਦੇ ਫੜਾਏ ਘਰੋਂ ਨਾਲ ਮੋਟਰਸਾਈਕਲ ਵੀ ਫੜਾਇਆ ਵਾ ਨਾਲ ਬੰਦੇ ਵੀ ਘਰੋਂ ਫੜਾਏ ਆ ਇੱਥੋਂ ਬੋਹੇ ਗਾੜੀਆਂ ਬੰਦੇ ਫੜਾਏ ਮੈਂ ਘਰੋਂ ਪੁਲਿਸ ਨੇ ਬੰਦੇ ਥਾਣੇ ਖੜ ਕੇ ਰਾਤ 11 ਵਜੇ ਵਾਅਦੇ ਦੇ ਬੰਦੇ ਛੱਡ ਦਿੱਤੇ ਆ ਮੈਂ ਤਾਂ ਪੁਲਿਸ ਦੀ ਇੱਡੀ ਕਾਰਗੁਜ਼ਾਰੀ ਮਾੜੀ ਸਮਝਦਾ ਵੀ ਸਾਨੂੰ ਪ੍ਰਸ਼ਾਸਨ ਦੇ ਇੱਕ ਭੋਰਾ ਵੀ ਭਰੋਸਾ ਨਹੀਂ ਹੈਗਾ ਵੀ ਸਾਡੀ ਜਾਨ ਮਾਲ ਦੀ ਰੱਖਿਆ ਕਰੂਗਾ ਪ੍ਰਸ਼ਾਸਨ ਬੰਦੇ ਰਣਜੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਹੈਗਾ ਜੀ ਇਹ ਭੋਏਵਾਲ ਦਾ ਨਾਲ 3 ਬੰਦੇ ਦੇ ਹੋਰ ਆ ਉਹ ਵੀ 3 ਭੋਏਵਾਲ ਦੇ ਆ ਆਹ ਵੇਖੋ SSP ਸਾਹਿਬ ਨੂੰ ਵੀ ਦਰਖਾਸਤ ਲਿਖ ਕੇ ਦਿੱਤੀ ਹੈ ਮੈਂ ਇਹਦੀ ਵੀ ਕੋਈ ਮੈਨੂੰ ਹਜੇ ਤੱਕ ਕਾਰਵਾਈ ਨਹੀਂ ਹੋਈ SHO ਸਾਹਿਬ ਨੂੰ ਦਰਖਾਸਤ ਲਿਖ ਕੇ ਦਿੱਤੀ ਇਹਦੀ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮੌਕੇ 'ਤੇ ਪੁਲਿਸ ਆਈ ਸੀ ਉਹਨਾਂ ਕੀ ਕਾਰਵਾਈ ਕੀਤੀ ਉਹਨਾਂ ਮੌਕੇ 'ਤੇ ਜਦੋਂ ਪੁਲਿਸ ਆਈ ਉਹਨਾਂ ਕਾਰਵਾਈ ਕੀਤੀ ਬੰਦੇ ਭਾ ਗਏ ਇਹ ਥਾਣੇ ਲੈ ਗਏ ਆ ਇੱਥੋਂ ਘਰੋਂ ਬੰਦੇ ਫੜਾਏ ਆ ਜੀ ਕਿੰਨੇ ਬੰਦੇ ਫੜੇ ਸੀ ਮੌਕੇ 'ਤੇ ਮੌਕੇ 'ਤੇ ਇੱਕ ਬੰਦਾ ਫੜਿਆ ਜੀ 3 ਬੰਦੇ ਜੀ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਮੇਰੇ ਕੱਲਾ ਹਾਂ ਇਹ ਭੱਜ ਗਏ 3 ਬੰਦੇ ਭੱਜ ਗਏ ਆ ਜੀ ਇਹ 24-9 ਦੀ ਵਾਰਦਾਤ ਆ ਜੀ ਇਹ ਰਿਸ਼ਤੇਦਾਰ ਦੇ ਵਿੱਚ ਜਿਹੜਾ ਰਣਜੀਤ ਸਿੰਘ ਹੈ ਅਤੇ ਮੇਰਾ ਬੱਚਿਆਂ ਦਾ ਮਾਮਾ ਮੇਰਾ ਸਾਲਾ ਲੱਗਦਾ ਜੀ ਅਤੇ ਜਿਹੜੇ 3 ਅਣਪਛਾਤੇ ਬੰਦੇ ਆ ਉਹ ਇਹ ਆਪ ਲਈ ਕੇ ਆਇਆ ਨਾਲ ਜੀ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਵਾਪਰੀ ਜਾਂ ਪਹਿਲੀ ਵਾਰੀ ਹੋਇਆ ਇਹ ਵੇਖੋ ਜੀ ਅੱਗੇ 4 ਵਾਰੀ ਲਈ ਕੇ ਆਇਆ ਜੀ ਬੰਦੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਹੁਣ ਤੱਕ ਬੇਨਤੀਆਂ ਕਰਦਾ ਰਿਹਾ ਮੇਰੇ ਕੋਲ ਸਭ ਦਰਖਾਸਤਾਂ ਮੇਰੇ ਕੋਲ ਆ ਮੇਰੀ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਬਸ ਟਾਈਮ ਲੈ ਲਿਆ ਜੀ ਆ ਗਏ ਜੀ ਚਲੇ ਗਏ ਇਹਨਾਂ ਦੇ ਪਿੰਡ ਦੀ ਪੰਚਾਇਤ ਵੀ ਇੱਦਾਂ ਦੀ ਆ ਟਾਈਮ ਲੈ ਜਾਂਦੇ ਇੱਥੋਂ ਆਣ ਕੇ ਮੁੜ ਕੇ ਟੈਲੀਫੋਨ ਨਹੀਂ ਕਿਸੇ ਦਾ ਚੁੱਕਦੇ ਗੱਲਬਾਤ ਕਿਸੇ ਨਹੀਂ ਸੁਣਦੇ ਤੱਕ ਨਹੀਂ ਆ ਹੁਣ ਵੀ ਮੈਨੂੰ ਦਬਾਅ ਬਣਾਉਣ ਡੇ ਆ ਵੀ ਮਨਦੀਪ ਸਿੰਘ ਜੀ ਤੁਸੀਂ ਆਪਣਾ ਰਾਜੀਨਾਮਾ ਕਰ ਲਓ ਰਾਜੀਨਾਮਾ ਕਰ ਲਓ ਥਾਣੇ ਬਹਿ ਕੇ ਮੈਨੂੰ ਦਬਾਅ ਮੇਰੇ 'ਤੇ ਬਣਾਉਣ ਡੇ ਰਾਜੀਨਾਮਾ ਕਰ ਲਓ ਸਰ ਮੈਨੂੰ ਮੇਰੀ ਜਾਨ ਨੂੰ ਖਤਰਾ ਮੇਰੇ ਬੱਚਿਆਂ ਨੂੰ ਖਤਰਾ ਇਹਨਾਂ ਦੇ ਉੱਤੋਂ ਜਿਹੜਾ ਮਸਲਾ ਸਾਰਾ ਇਹ ਮਸਲਾ ਹੈ ਕੀ ਹੈ ਕਿਉਂ ਲੜਾਈ ਝਗੜਾ ਦਾ ਕੀ ਕਾਰਨ ਇਸ ਦਾ ਕਿਉਂ ਹੁੰਦਾ ਹੈ ਮਸਲਾ ਮੇਨ ਕੀ ਹੈ ਸਰ ਮਸਲਾ ਇਹ ਹੈ ਸਾਡਾ ਦੋਵਾਂ ਜੀਆਂ ਦਾ ਲੜਾਈ ਝਗੜਾ ਸਾਡੇ ਬੱਚਿਆਂ ਤੋਂ ਵੀ ਮੈਂ ਇਹਨੂੰ ਨਾਲ ਦੀ ਆਪਣੀ ਨੂੰ ਕਹਿੰਦਾ ਵੀ ਤੂੰ ਆਪਣੇ ਘਰ ਰਹਿ ਆਪਣੇ ਬੱਚੇ ਸਾਂਭ ਇਹ ਕਹਿੰਦੀ ਆ ਇਹਦਾ ਭਰਾ ਕਹਿੰਦਾ ਵੀ ਇਹ ਸਾਡੇ ਕੋਲ ਰਹੇ ਤੇ ਬੱਚੇ ਮਨਦੀਪ ਸਿੰਘ ਆਪ ਸਾਂਭੇ ਆਹ ਮਸਲਾ ਸਾਰਾ ਜੀ ਕੋਈ ਮਸਲਾ ਸਾਡੀ ਕੋਈ ਲੜਾਈ ਨਹੀਂ ਗੀ ਹੁਣ ਇਹਨੇ ਜ਼ਬਰਦਸਤੀ ਹੁਣ ਬੱਚੇ ਇਹਨਾਂ ਨੇ ਮੈਨੂੰ ਪਿਛਲੇ ਸਾਲ ਮੱਤੇਵਾਲ ਥਾਣੇ ਦਰਖਾਸਤ ਦੇ ਕੇ ਮੈਨੂੰ ਕੋਈ ਜਾਲੀ ਤਲਾਕ ਲੈ ਕੇ ਥਾਣੇ ਦੇ ਵਿੱਚ ਪੁਲਿਸ ਪ੍ਰੈਸ਼ਰ ਪਾ ਕੇ ਇਹਨਾਂ ਨੇ ਬੱਚੇ ਮੈਨੂੰ ਦੇ ਦਿੱਤੇ ਆ
ਬੱਚੇ 2 ਸਾਲ ਸਾਂਭਣ ਦੇ ਬਾਵਜੂਦ ਹੁਣ ਬੱਚੇ ਇੱਥੇ ਮਿਲਣ ਗਏ ਗਏ ਆ ਅਤੇ ਇਹਨਾਂ ਨੇ ਉੱਥੇ ਜਦੋਂ ਬੱਚੇ ਮੈਂ ਛੱਡ ਕੇ ਆਇਆ ਵਾਂ ਉਦੋਂ ਬਾਅਦ ਨੇ ਇਹਨਾਂ ਦੇ ਮਾਮੇ ਨੇ ਘਰ ਆਣ ਕੇ ਪਹਿਲਾਂ ਆਪਣੀ ਮਾਂ ਨੂੰ ਕੁੱਟਿਆ, ਮਾਂ ਨੂੰ ਕੁੱਟਣ ਤੋਂ ਬਾਅਦ ਇਹ ਬੱਚਿਆਂ ਨੂੰ ਕੁੱਟਿਆ, ਨਾਲ 3 ਬੰਦੇ ਲੈ ਕੇ ਕਿੱਥੇ ਜਾਣ ਕੇ ਬੱਚੇ ਛੱਡ ਕੇ ਗਿਆ। ਤਲਾਕ ਸਾਡਾ ਜੀ ਪੰਚਾਇਤੀ ਆ, ਕੱਚਾ ਤਲਾਕ, ਉਹ ਵੀ ਜ਼ਬਰਦਸਤੀ ਲਿਆ ਮਤੇਆਲ ਥਾਣੇ। ਮੈਂ ਤਾਂ ਇਹੋ ਮੰਗ ਕਰਦਾ ਜੀ ਇਹਨਾਂ ਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ, ਮੇਰੀ ਜੋ ਵੀ ਮੈਨੂੰ ਨਿਆਂ ਵਾ ਮੈਨੂੰ ਨਿਆਂ ਮਿਲਣਾ ਚਾਹੀਦਾ। ਖੁਸ਼ਪ੍ਰੀਤ ਸਿੰਘ, ਕੀ ਗੱਲ ਹੋਈ ਸੀ ਸਾਰੀ? ਇਹ ਮਾਮਾ ਜੀ ਨੇ ਸਾਨੂੰ ਕੁੱਟਿਆ ਸੀ। ਅੱਛਾ, ਕਿੱਥੇ? ਪਿੰਡ ਤੇ ਸਾਡੇ ਇੱਥੇ ਘਰੇ ਵੀ ਆ ਕੇ। ਅੱਛਾ, ਕਿ ਕਿੰਨੇ ਕੁ ਜਣੇ ਆ ਸੀ ਇੱਥੇ? 3 ਜਣੇ ਤੇ ਮੈਂ ਚੌਥਾ ਮਾਮਾ। ਅੱਛਾ, ਕੀ ਕਹਿੰਦੇ ਸੀ ਤੁਹਾਨੂੰ? ਕਿ ਤੁਸੀਂ ਕਾਹਤੋਂ ਇੱਥੇ ਆਏ ਜੋ? ਕੱਲਾ ਤੁਹਾਨੂੰ ਕੁੱਟਿਆ ਜਾਂ ਤੁਹਾਡੇ ਪਰਿਵਾਰਕ ਮੈਂਬਰ ਹੋਰ ਕਿਸੇ ਨੂੰ ਕੁੱਟਿਆ ਸੀ? ਪਾਪਾ ਜੀ ਨੂੰ ਕੁੱਟਿਆ ਸੀ। ਕਿੰਨੇ ਕੁੱਟਿਆ ਸੀਗਾ? ਮਾਮੇ ਨੇ। ਤੇ ਕਿਉਂ ਲੜਾਈ ਝਗੜਾ ਹੋਇਆ ਸੀ ਪਤਾ ਤੁਹਾਨੂੰ ਇਹ ਬਾਰੇ? ਇਹਨਾਂ ਦਾ ਜੀ ਆਪਦੇ ਘਰ ਦੋਵਾਂ ਮੀਆਂ ਬੀਬੀ ਦਾ ਝਗੜਾ, 2-3 ਸਾਲ ਹੋ ਗਏ ਪੰਚਾਇਤ 'ਚ ਵੀ ਮੈਂ ਜਾਂਦਾ ਰਿਹਾ ਜੀ, ਨਾਲ ਗਿਆ ਵੀ ਇਹਦਾ ਪਿੰਡ 'ਚ ਹੋ ਗਏ ਪਹਿਲਾਂ, ਮੁੜ ਕੇ ਉੱਥੇ ਚਲ ਗਿਆ, ਉਹਨੇ ਬੱਚੇ ਸੱਦੇ, ਇਹਦਾ ਸਾਲਾ ਉੱਥੇ ਬੱਚਿਆਂ ਨੂੰ ਕੁੱਟ ਕੇ ਇੱਥੇ ਗਿਆ, ਇੱਥੇ ਆ ਕੇ ਤੂੰ ਮੈਂ ਕਰਦਾ ਇਹਦੇ ਨਾਲ ਵਾਧਾ ਘਾਟਾ, ਇੱਥੋਂ ਪਾਈ ਹੋਵੇ ਆ ਇਹਦੇ ਸਾਥੀ ਗਏ ਭੱਜ, ਸਾਥੀ ਭੱਜ ਗਏ ਆ, ਇਹਦਾ ਜਿਹੜਾ ਸਾਲਾ ਸੀ ਉੱਥੇ ਰਹਿ ਗਿਆ। ਹਾਂਜੀ, ਇੱਥੇ ਰਹਿ ਗਿਆ ਅਤੇ ਪਹਿਲਾਂ ਆਉਂਦਾ ਰਿਹਾ ਜੀ, ਇੱਕਦਮ ਮੌਜੂਦਾ ਜਦੋਂ ਮੌਜੂਦਾ ਸਰਪੰਚ ਜੀ ਮੇਰੇ ਸਾਹਮਣੇ ਆਏ ਬੰਦੇ, ਉਦੋਂ ਲੈ ਕੇ ਚਲ ਗਏ ਅਤੇ ਆਉਂਦੇ ਤੋਰਦਾ ਸਰਪੰਚਾ, ਉਦੋਂ ਧੱਕੇ ਨਾਲ ਲੈ ਗਏ, ਉਦੋਂ ਨਹੀਂ ਤੂੰ ਤੂੰ ਮੈਂ ਕੀਤੀ ਅਸੀਂ ਗੱਲ ਨਹੀਂ ਪੈਣ ਦਿੱਤੇ ਇੱਥੇ ਇਸ ਜਗ੍ਹਾ 'ਤੇ। ਹਾਂਜੀ, ਦੱਸਿਆ ਜਾ ਰਿਹਾ ਕਿ ਬੱਚੇ ਵੀ ਕਹਿ ਰਹੇ ਨੇ ਕਿ ਜਿਹੜਾ ਕੁੱਟਮਾਰ ਹੋਈ ਆ ਕਿਸ ਤਰ੍ਹਾਂ? ਉਹ ਮਾੜੀ ਕੀਤੀ ਆ ਜੀ ਇਹਨਾਂ, ਜੋ ਉੱਥੇ ਬੱਚੇ ਨੇ ਉਹਦੀ ਮਾਂ ਇਹਦੀ ਘਰ ਦੀ ਨੇ ਮੰਗਾਏ ਜੀ, ਉੱਥੇ ਰਹੇ, ਉੱਥੇ ਜਿਵੇਂ ਮਾਮੇ ਨੇ, ਮਾਮਾ ਦਾ ਗੱਡੀ ਚਲਾਉਂਦਾ ਸਾਲਾ ਦਾ, ਉਹ ਆ ਕੇ ਉਹਨੇ ਮਾਰਿਆ ਕੁੱਟਿਆ ਇਹਨਾਂ ਨੂੰ, ਅਗਲੇ ਦਿਨ ਬੰਦੇ ਲੈ ਕੇ ਛੱਡਣ ਆਇਆ ਇੱਥੇ ਆ ਕੇ ਦੇ ਇਹਨਾਂ ਇਹਦੇ ਇਹਦੇ ਮਨਜਿੰਦਰ ਸਿੰਘ ਦੇ ਗਲੇ ਪਿਆ ਜੀ। ਮੰਜੀ ਅਤੇ ਪਰਿਵਾਰ ਦੇ ਵੀ ਇਲਜ਼ਾਮ ਨੇ, ਜਿਹੜਾ ਪੁਲਿਸ ਜਿਹੜਾ ਵਾ ਜਿਹੜਾ ਪੁਲਿਸ ਮੌਕੇ 'ਤੇ ਆਈ ਹੈ ਅਤੇ ਮੌਕੇ 'ਤੇ ਜਿਹੜਾ ਤੁਸੀਂ ਫੜੇ ਵੀ ਗਏ ਨੇ, ਹਾਂਜੀ ਤੁਹਾਡੇ ਪਿੰਡ ਦੇ ਕਿਸੇ ਬੰਦੇ ਨੇ ਦੇਖਿਆ ਸੀ ਕਿ ਪੁਲਿਸ ਆਈ ਨੂੰ? ਹਾਂਜੀ ਹਾਂਜੀ, ਉਹ ਨਾਲ ਹੀ ਕਰ ਰਿਹਾ ਜੀ ਮੌਜੂਦਾ ਸਰਪੰਚ ਦਾ ਵੀ, ਹਾਂ ਗੱਡੀ ਆਈ ਬਕਾਇਦਾ ਜੀ, ਬਕਾਇਦਾ ਇਹ ਨਹੀਂ ਵੀ ਦਿਨੇ ਘਰੋਂ ਫੜ ਕੇ ਪੁਲਿਸ ਨੇ, ਉਦੋਂ ਨੂੰ ਉਹ ਭੱਜ ਨਹੀਂ ਗਿਆ, ਮੌਜੂਦੇ ਦੇ ਮੌਕੇ 'ਤੇ ਫੜਾਇਆ, ਪੁਲਿਸ ਆਈ ਆ, ਪੁਲਿਸ ਨੇ ਖੜ ਕੇ ਮੁੜ ਕੇ ਵਹਿਦੀ ਅਤੇ ਪੁਲਿਸ ਨੇ ਅੰਦਰ ਛੱਡਿਆ, ਅਤੇ ਬਾਅਦ ਦੇ ਵਿੱਚ ਤਾਂ ਕੋਈ ਫੈਸਲਾ ਨਹੀਂ ਹੋਏਗਾ, ਫੈਸਲਾ ਹੋਣਾ ਚਾਹੀਦਾ ਸਾਡੇ ਪਿੰਡ ਦੇ ਵਿੱਚ, ਬਾਹਰ ਦੇ ਬੰਦੇ ਆ ਕੇ ਬੰਦਾ ਮਾਰ ਵੀ ਸਕਦੇ ਜੀ, ਉਹ 3 ਅੱਜ ਕੱਲ੍ਹ ਕਿਹੜਾ ਕੋਈ ਨਿਕਲਦਾ ਬਾਹਰ, ਉਹ ਮੁੜ ਕੇ 3 ਜਣੇ ਭੱਜ ਗਏ, ਸਾਰੇ ਹੁੰਦੇ 'ਤੇ ਮਾਰ ਸਕਦੇ ਜੀ। ਅਤੇ ਹੁਣ ਪ੍ਰਸ਼ਾਸਨ ਦੇ ਕੋਲੋਂ ਕੀ ਮੰਗ ਕਰਦੇ ਜੀ? ਨਹੀਂ, ਜੋ ਉਹਦਾ ਸਾਡਾ ਹੱਕ ਇਹਦਾ ਪੂਰਾ ਹੋਣਾ ਚਾਹੀਦਾ ਜੀ, ਇਨਸਾਫ ਹੋਣਾ ਸਾਡੇ ਪਿੰਡ ਦਾ ਹੋਣਾ ਚਾਹੀਦਾ, ਜੋ ਕਾਰਵਾਈ ਬਣਦੀ ਕਾਰਵਾਈ ਕਰਨ। ਹਾਂਜੀ, ਮੇਰਾ ਨਾਮ ਗੁਰਪਿੰਦਰ ਸਿੰਘ ਆ ਜੀ, ਪਿੰਡ ਸਾਡਾ ਬਾਠਕੁਰ ਦਾ, ਮੈਂ ਮੌਕੇ ਦਾ ਮੈਂਬਰ ਵਾਂ ਅਤੇ ਇੱਥੇ ਮੈਨੂੰ ਪਤਾ ਲੱਗਾ ਸੀ ਵੀ ਸਾਡੇ ਕੋਈ ਪਿੰਡ ਵਿੱਚ ਕਾਰਵਾਈ ਹੋ ਗਈ ਆ, ਕੋਈ ਇੱਥੇ ਹੈ ਨਹੀਂ ਸੀ ਉਸ ਟਾਈਮ, ਅਤੇ ਮਨਦੀਪ ਸਿੰਘ ਅਤੇ ਇਹਨੂੰ ਕੁੱਟਣ ਪੈ ਗਏ ਮਗਰੋਂ ਬੰਦੇ ਆਣ ਕੇ ਪਿੱਛੋਂ, ਇਹਦਾ ਸਾਲਾ ਸਾਹਿਬ ਸੀ ਅਤੇ ਉਹ ਬੱਚੇ ਛੱਡਣ ਆਇਆ ਇੱਥੇ ਅਤੇ ਇਹਨੂੰ ਵੀ ਆਣ ਕੇ ਕੁੱਟਿਆ ਕੱਟਿਆ ਉਹਨੇ, ਅਤੇ 3 ਜਣੇ ਭੱਜ ਗਏ ਆ ਅਤੇ 1 ਜਣੇ ਨੇ ਕਾਬੂ ਕਰਾਤਾ, ਅਤੇ ਬਾਕੀ ਜਿਹੜਾ ਆਪਣਾ ਪੁਲਿਸ ਵਾਲੀ ਆ ਕੋਈ ਕਾਰਵਾਈ ਨਹੀਂ ਕਰਦੇ, ਅਤੇ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਦੋਸ਼ੀਆਂ 'ਤੇ, ਜਿੰਨੀ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ ਉਨੀ ਥੋੜ੍ਹੀ ਹੈ ਜੀ। ਮਨਦੀਪ ਸਿੰਘ ਨੇ ਦਰਖਾਸਤ ਦਿੱਤੀ ਕਿ ਮੇਰਾ ਜਿਹੜਾ ਸਾਲਾ ਵਾ ਉਹ ਮੇਰੇ ਬੱਚੇ ਮੇਰੇ ਘਰ ਛੱਡਣ ਆਇਆ ਵਾ, ਉਹ ਸਾਡੀ ਤੂਤੂ ਮੈਮੇ ਹੋਈ ਆ, ਅਤੇ ਜਿਹੜਾ ਮਨਦੀਪ ਸਿੰਘ ਦੀ ਦਰਖਾਸਤ 'ਤੇ ਦੋਨਾਂ ਪਾਰਟੀਆਂ ਨੂੰ ਬੁਲਾਇਆ ਗਿਆ ਵਾ, ਅਤੇ ਜਿਹੜੀ ਮਨਦੀਪ ਸਿੰਘ ਦੀ ਪਤਨੀ ਹੈ 3 ਸਾਲ ਤੋਂ ਕਰੀਬ ਪੇਕੇ ਘਰ ਰਹਿੰਦੀ ਆ, ਉਹ ਵੀ 2 ਵਾਰੀ ਥਾਣੇ ਹਾਜ਼ਰ ਹੋ ਚੁੱਕੀ ਆ, ਇਹਨਾਂ ਦੀ ਦਰਖਾਸਤ ਦੀ ਦਰਿਆਫਤ ਚੱਲ ਰਹੀ ਆ, ਅਤੇ ਹੋ ਸਕਦਾ ਇਹਨਾਂ ਦਾ ਆਪਸ ਵਿੱਚ ਰਾਜੀਨਾਮਾ ਹੋ ਜਾਵੇ, ਜੇ ਨਾ ਰਾਜੀਨਾਮਾ ਹੋਊਗਾ ਫਿਰ ਬਣਦੀ ਕਾਰਵਾਈ ਕੀਤੀ ਜਾਊਗੀ। ਕਿਹਾ ਜਾ ਰਿਹਾ ਕਿ ਜਿਹੜਾ ਲੜਕਿਆਂ ਨੂੰ ਇਸ ਬੱਚਿਆਂ ਨੂੰ ਛੋਟਿਆਂ ਨੂੰ ਜਿਹੜਾ ਕੁੱਟਿਆ ਗਿਆ ਵਾ ਅਤੇ ਪੁਲਿਸ ਮੌਕੇ ਦੇ ਉੱਪਰ ਗਈ ਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵੱਲੋਂ ਕੋਈ ਲੜਾਈ ਝਗੜਾ ਵਗੈਰਾ ਕੀਤਾ ਗਿਆ, ਅਤੇ ਇਹ ਸਾਰਾ ਕੀ ਮਾਮਲਾ ਸੀਗਾ, ਬੰਦਾ ਛੱਡਿਆ ਕਿਉਂ ਗਿਆ, ਕੀ ਕਾਰਨ ਸੀਗਾ? ਦੇਖੋ ਜੀ, ਬੰਦਾ ਜਿਹੜਾ ਇਹਨਾਂ ਦਾ ਸਾਲੇ ਭਣੋਈ ਇਸ ਵੇਲੇ ਤੂਤੂ ਮੈਮੇ ਹੀ ਹੋਈ ਆ, ਬਾਕੀ ਇਹਨਾਂ ਦੀ ਘਰ ਦੀ ਨਾਲ ਅਣਬਣ ਆ, ਇੱਕ ਦੂਜੇ ਦਾ ਇਲਜ਼ਾਮ ਲਾ ਰਹੇ ਆ, ਜਿਹੜੇ ਬੱਚੇ ਛੋਟੇ ਆ ਉਹਨਾਂ ਨੂੰ ਨਾ ਹੀ ਪਿਓ ਕੁੱਟ ਸਕਦਾ ਅਤੇ ਨਾ ਹੀ ਮਾਮਾ ਕੁੱਟ ਸਕਦਾ ਵਾ, ਇਹ ਸਿਰਫ ਇਹਨਾਂ ਦੀ ਆਪਸ ਵਿੱਚ ਜਿਹੜੀ ਰੰਜਿਸ਼ ਬਾਜੀ ਆ ਉਹਦੇ ਤਹਿਤ ਇੱਕ ਦੂਜੇ ਨੂੰ ਗੱਲਾਂ ਕਰੀ ਜਾ ਰਹੇ ਆ। ਪਰ ਜਿਸ ਤਰ੍ਹਾਂ ਵੇਖਿਆ ਜਾਵੇ ਰਿਸ਼ਤੇਦਾਰੀ ਦਾ ਆਪਸੀ ਇਹਨਾਂ ਦਾ ਮਸਲਾ ਸੀਗਾ, ਪਰ ਕੁਝ ਅਣਪਛਾਤੇ ਵਿਅਕਤੀ ਵੀ ਦੱਸਿਆ ਜਾ ਰਿਹਾ ਕਿ ਨਾਲ ਆਏ ਸੀਗਾ, ਕਿਉਂਕਿ ਅਣਪਛਾਤੇ ਵਿਅਕਤੀਆਂ ਦਾ ਆਉਣਾ ਕਿਤੇ ਨਾ ਕਿਤੇ ਜਿਹੜਾ ਵਾ ਆਪਣੇ ਜ਼ਿਲ੍ਹੇ ਤਰਨ ਤਾਰਨ ਦੇ ਵਿੱਚ ਆ ਜਾਣਾ ਦੂਸਰੇ ਜ਼ਿਲ੍ਹੇ ਤੋਂ ਸਵਾਲੀਆ ਨਿਸ਼ਾਨੇ ਪੁਲਿਸ ਦੇ ਉੱਪਰ ਖੜੇ ਹੋ ਰਹੇ ਨੇ। ਕੋਈ ਵੀ ਅਣਪਛਾਤਾ ਵਿਅਕਤੀ ਸਾਹਮਣੇ ਆਉਣਾ ਤਸਦੀਕ ਨਹੀਂ ਹੋਇਆ, ਸਿਰਫ ਇਸ ਇਲਜ਼ਾਮ ਹੀ ਲਗਾ ਰਹੇ ਇੱਕ ਦੂਜੇ ਦੇ, ਕਿਉਂਕਿ ਅਣਬਣ ਦੋਨਾਂ ਜੀਆਂ ਦੀ ਆ, 3 ਸਾਲ ਤੋਂ ਵੱਖ ਵੱਖ ਰਹਿ ਰਹੇ ਆ, ਇਹੋ ਜਿਹੇ ਇਲਜ਼ਾਮ ਲਾਉਣ ਕਰਕੇ ਇੱਥੋਂ ਤੱਕ ਇਹਨਾਂ ਦੀ ਗੱਲ ਪੁੱਜੀ ਹੋਈ ਹੈ। ਅਤੇ ਹੁਣ ਜਿਹੜਾ ਵਾ ਪੁਲਿਸ ਦਾ ਕਿਸੇ ਤੱਕ ਕਿਹੜੀ ਕਾਰਵਾਈ ਪਹੁੰਚੀ ਆ, ਕੀ ਕਾਰਵਾਈ ਜਿਹੜਾ ਕੀਤੀ ਜਾ ਰਹੀ ਹੈ? ਦੇਖੋ ਜੀ, ਦੋਨਾਂ ਜੀਆਂ ਦਾ ਮਾਮਲਾ ਵਾ ਅਤੇ ਤੁਰੰਤ ਕਾਰਵਾਈ ਜਿਹੜੀ ਆ ਉਹ ਕਰਨੀ ਨਹੀਂ ਬਣਦੀ, ਇਹਨੇ ਆਪਸੇ ਸਮਝਾਉਣ ਦੀ ਅਤੇ ਘਰ ਵਸਾਉਣ ਦੀ ਕਾਰਵਾਈ ਚੱਲ ਰਹੀ ਹੈ। ਜਿਹੜੇ ਮੋਤਵਾਰ ਵਿਅਕਤੀ ਦੋਨੋਂ ਪਾਰਟੀਆਂ ਇਕੱਠੇ ਹੁੰਦੇ ਆ, ਚਿੰਤਾ ਵਿਚਾਰਾਂ ਵੀ ਇਕੱਠੇ ਹੋ ਚੁੱਕੇ ਆ। ਮੈਂ ਆਪਣੇ ਇਹ ਮੋਢਿਆਂ 'ਤੇ
ਢਾਈ ਤਿੰਨ ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ ਢਾਈ ਤਿੰਨ ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੁਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।